ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ ਜਾਤ ਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰੇ ਖਿਦਮਤ ਹੈ ਨਾਜ਼ਰੀਨ ਤੁਸੀਂ ਮੇਰੇ ਪਿੱਛੇ ਇੱਕ ਕਾਫੀ ਵੱਡੀ ਜਿਹੜੀ ਜਮਾਤ ਹੈ ਇੱਕ ਕਾਫੀ ਵੱਡਾ ਜਥਾ ਜਿਹੜਾ ਹੈ ਜੀਆਂ ਦਾ ਉਹ ਵੰਦੇ ਪਏ ਹੋ ਇਹ ਜਥਾ ਇਹ ਜੀ ਜਿਹੜੇ ਨੇ ਸਰਾਏ ਤਲਾਬ ਸਰਾਏ ਇੱਕ ਪਿੰਡ ਹੈ ਮੰਗੇ ਦੇ ਕੋਲ ਇਹ ਉਥੋਂ ਦੇ ਰਹਿਾਈਸ਼ੀ ਨੇ ਔਰ ਇਹਨਾਂ ਦਾ ਇੱਕ ਛੋਟਾ ਜਿਹਾ ਮਸਲਾ ਹੈ ਇਹ ਛੋਟਾ ਮੈਸਰ ਕਰਕੇ ਕਹਿੰਦੇ ਆ ਕਿਉਂਕਿ ਜਦੋਂ ਅਸੀਂ اربਾਬ-ਏ-ਇਖਤियार ਕੋ ਜਾਣੇ ਆ ਜਾਂ ਲੋਕਾਂ ਕੋ ਜਾਣੇ ਆ ਤੇ ਉਦੋਂ ਸਾਨੂੰ ਸੁਣਨ ਨੂੰ ਮਿਲਦਾ ਇਹ ਤੇ ਕੋਈ ਮਸਲਾ ਹੀ ਨਹੀਂ ਇਹ ਤੇ ਨਿੱਕਾ ਜਿਹਾ ਮਸਲਾ ਹੈ ਇਹ ਐਡਾ ਨਿੱਕਾ ਮਸਲਾ ਹੈ ਕਿ ਪੂਰੇ ਪਿੰਡ ਦੇ ਜੀਆਂ ਨੂੰ ਇਕੱਠਾ ਹੋਣਾ ਪਿਆ ਹੈ ਔਰ ਮਸਲਾ ਕੀ ਹੈ ਅਸੀਂ ਕੁਝ ਦਿਨ ਪਹਿਲੇ ਇੱਕ ਵੀਡੀਓ ਚਲਾਈ ਸੀ ਉਹ ਵੀਡੀਓ ਜ਼ਰਾ ਮੁਲਾਜ਼ਾ ਕਰੋ ਜਨਾਬ ਸਾਡੀ ਰਿਕੁਐਸਟ ਹੈ ਸਾਰੇ ਨਸੀਬ ਭੈਣ ਭਰਾਵਾ ਅੱਗੇ ਸਾਡੇ ਜਿਹੜੇ ਜਿੰਨੇ ਵੀ ਹਕੂਮਤੀ ਮੈਂਬਰ ਨੇ ਉਨਾਗੇ ਮੇਰੀ ਅਪੀਲ ਇਹ ਕਿ ਸਾਡਾ ਰਕਬਾ ਕੋਟਰਾ ਦਾ ਕਿਸ਼ਨ ਚੱਕ 55 ਦਾ ਅਸੀਂ 1910-11 ਤੋਂ ਲੈ ਕੇ ਤੇ 1957-58 ਤੱਕ ਖਾਨਾ ਮਲਕੀਅਤ ਦੇ ਵਿੱਚ ਸਾਡਾ ਨਾਂ ਹੈ ਜਿਹੜਾ ਤਿੰਨ ਵਾਰੀ ਸਾਡੇ ਨਾਂ ਤੇ ਵਿਰਾਸਤ ਹੋ ਚੁੱਕੀ ਹੈ ਮੇਰੇ ਅਬੌਜਦਾਦ ਦੇ ਨਾਂ ਤੇ ਸਾਰਾ ਕੁਝ ਹੋਣ ਦੇ ਬਾਵਜੂਦ ਸਿਰਫ ਇੱਕ ਹੀ ਮਸਲਾ ਹੋਇਆ ਕਿ 1954 ਦੇ ਵਿੱਚ ਆਣ ਕੇ ਨਾ ਸਾਨੂੰ ਆਪਣਾ ਤਾਰਕੀ ਨੇ ਵਤਨ ਲੇਖ ਦਿੱਤਾ ਹੈਗਾ ਤੇ ਰਕਬਾ ਬਾਹਕ ਸਰਕਾਰ ਕਰ ਦਿੱਤਾ ਹੈਗਾ ਆਇਆ ਕਿ ਜਿਸ ਚੀਜ਼ ਦਾ ਸਾਨੂੰ ਪਤਾ ਹੀ ਨਹੀਂ ਹੈਗਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਬੜੀ ਕੋਸ਼ਿਸ਼ ਕੀਤੀ ਕਿ ਸਾਨੂੰ ਰਿਕਾਰਡ ਦੇਣ ਸਾਨੂੰ ਕਿਸੇ ਨੇ ਕੋਈ ਰਿਕਾਰਡ ਨਹੀਂ ਦਿੱਤਾ ਇਹਨਾਂ ਕਹਿੰਿਆ ਜੀ ਰਿਕਾਰਡ ਜਲ ਗਿਆ ਅੱਗ ਲੱਗੀ ਏ ਕੋਈ ਚੀਜ਼ ਨਹੀਂ ਇਸ ਤੋਂ ਡਰਦੇ ਮੇਰੇ ਜਿਹੜੇ ਬੌਜਦਾ ਸਨ ਉਹ ਪਹਿਲੇ ਹੀ ਕਹਿੰਦੇ ਸੀ ਕਿ ਬੜਾ ਜ਼ੁਲਮ ਕਰਦੇ ਨੇ ਜ਼ਿਆਸਤੀ ਕਰਦੇ ਨੇ ਉਹਨਾਂ ਕੋਈ ਕਦਮ ਨਾ ਠਾਇਆ ਸਿਰਫ ਐਸੇ ਵਾਸਤੇ ਕਿ ਸਾਡੇ ਨਾਲੇ ਮਜ਼ੀਦ ਹੋਰ ਜਿਹੜਾ ਨਾ ਜ਼ੁਲਮ ਕਰਨਾ ਨਾਜ਼ਰੀਨ ਤੁਸੀਂ ਵੀਡੀਓ ਵੇਖੀ ਹੈ ਇਹਦੇ ਚ ਪ੍ਰਵੇਜ਼ ਮਸੀਹ ਨਾਂ ਦਾ ਜਿਹੜਾ ਸ਼ਖਸ ਹੈ ਸਾਡਾ ਵੀਰ ਹੈ ਇਹਨੇ ਦੱਸਿਆ ਬਈ ਇਹ ਤਾਂ ਜ਼ਿਆਤੀ ਹੁੰਦੀ ਹੈ ਔਰ ਇਹਦੇ ਜਿਹੜੇ ਅਸੀਂ ਕਾਗਜ਼ ਨੇ ਔਰ ਬਾਕੀ ਸਾਰੀਆਂ ਚੀਜ਼ਾਂ ਨੇ ਉਹ ਸੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਔਰ ਤੁਹਾਨੂੰ ਵਿਖਾਈਆਂ ਨੇ ਅੱਜ ਅਸੀਂ ਪ੍ਰਵੇਜ਼ ਮਸੀਹ ਦੇ ਪਿੰਡ ਆਏ ਆ ਇਹ ਪਤਾ ਕਰਨ ਲਈ ਵੀ ਇਹ ਜਿਹੜੀ ਗੱਲ ਇਹਨੇ ਸਾਡੇ ਨਾਲ ਕੀਤੀ ਸੀ ਭਲਾ ਪਿੰਡ ਦੇ ਜੀ ਇਹਨਾਂ ਦੇ ਨਾਲ ਵੀ ਨੇ ਕਿ ਕੋਈ ਨਹੀਂ ਗੇ ਠੀਕ ਹੈ ਸਾਡੇ ਹੁੰਦੇ ਹੀ ਇੱਥੇ ਅਸੀਂ ਜਦੋਂ ਕੈਮਰਾ ਇਹਨੇ ਸਾਡਾ ਵੇਖਿਆ ਤੇ ਇਹ ਸਾਰੇ ਜੀ ਜੁੜ ਗਏ ਨੇ ਤੇ ਪ੍ਰਵੇਸ਼ ਮਸੀਹ ਸਾਹਿਬ ਤੁਸੀਂ ਹੁਣ ਮੈਨੂੰ ਦੱਸੋ ਕਿ ਜਿਹੜਾ ਤੁਸੀਂ ਸਾਡੇ ਨਾਲ ਵੀਡੀਓ ਕੀਤਾ ਸੀ ਪਹਿਲਾਂ ਉਹ ਸਾਰੀ ਸੂਰਤਿ ਹਾਲ ਦੇ ਵਿੱਚ ਪੁਲਿਸ ਨੇ ਜਾਂ ਬਾਕੀ ਜੀਆਂ ਨੇ ਅੱਗੇ ਕੀ ਗੱਲ ਕਿੱਥੋਂ ਤੱਕ ਵਧੀ ਹੈ ਕੁਝ ਵੀ ਨਹੀਂ ਸਰ ਕਿਸੇ ਨੇ ਕੋਈ ਰਿਸਪਾਂਸ ਨਹੀਂ ਦਿੱਤਾ ਜੀ ਕੋਈ ਕਿਸੇ ਪਾਸੇ ਸੁਣਾਈ ਨਹੀਂ ਹੋਈ ਜੀ ਤੇ ਉਸ ਤੋਂ ਬਾਅਦ ਜਿਹੜਾ ਨਾ ਮਜ਼ੀਦ ਹੋਰ ਜ਼ਿਆਦਾ ਪਰੇਸ਼ਾਨੀ ਜਿਹੜੀ ਨਾ ਜ਼ਿਆਦਾ ਤੋਂ ਜ਼ਿਆਦਾ ਹੋਣੀ ਸ਼ੁਰੂ ਹੋਈਏਗੀ ਮੇਰੇ ਨਾਜ਼ਰੀਨ ਨੂੰ ਦੱਸੋ ਪਿੱਤਾ ਅਸਲ ਚ ਜਗਾ ਕਿੰਨੀ ਹੈ ਤੁਹਾਡੀ ਜਗਾ 1450 ਕਨਾਲ 17 ਮਰਲੇ ਆ ਜੀ ਪੂਰੀ 7 ਮਰਬਾ ਜੀ ਤਿੰਨ ਤਿੰਨ ਜਗਾ ਤੇ ਸਾਡੀ ਵਿਰਾਸਤ ਹੋਈ ਹੈ ਜੀ ਤਿੰਨ ਵਾਰੀ ਜਿਹੜੀ ਨਾ ਸਾਡੇ ਮੇਰੇ ਬੌਜਦਾ ਦੇ ਨਾਂ ਤੇ ਮੁੰਤਕਿਲ ਹੋਈ ਹੈ ਜੀ ਹਾਂਜੀ ਤੁਸੀਂ ਸਾਨੂੰ ਚੀਜ਼ਾਂ ਬਖਾ ਹਾਂਜੀ ਸਰ ਠੀਕ ਹੈ ਤੇ ਅੱਗੇ ਹੁਣ ਇਹ ਇਹ ਕਿ ਇਹ ਮੈਨੂੰ ਕਬਜ਼ਾ ਦੇਣ ਮੇਰੀ ਫਰਦ ਜਾਰੀ ਕਰਨ ਜੀ ਠੀਕ ਅੱਛਾ ਇਹ ਜੋ ਹੁਣ ਫਰਜ਼ਦਾਰੀ ਹੋਣ ਚੇ ਤੇ ਕਬਜ਼ਾ ਦੇਣ ਚ ਰੋਲਾ ਕੀ ਰੋਲਾ ਸਾਰੇ ਜਿਹੜਾ ਤਾਰਕੀ ਨੇ ਵਤਨ ਇਹਨਾਂ ਲਿਖਿਆ ਉਹ ਤਾਂ ਹਰ ਚੀਜ਼ ਕਲੀਅਰ ਹੋ ਗਈ ਹੈ ਉਹ ਤਾਂ ਬਿਲਕੁਲ ਕੋਟ-ਕੋਟ ਕੇ ਕਲੀਅਰ ਹੋ ਗਈ ਹੈ ਜੀ ਕੋਈ ਉਹਦੇ ਵਿੱਚ ਕਮੀ ਪੇਸ਼ ਹੀ ਨਹੀਂ ਹੈਗੀ ਠੀਕ ਹੈ ਬਾਕੀ ਜੇ ਕੋਈ ਹੋਰ ਗੱਲ ਹੈਗੀ ਤੇ ਸਾਨੂੰ ਦੱਸਣ ਹੈਗੀ ਜੀ ਉਹਨੂੰ ਉੱਥੇ ਜ਼ਮੀਨ ਤੇ ਕਬਜ਼ਾ ਕੌਣ ਹੈ ਕਬਜ਼ਾ ਸਰਕਾਰ ਹੈ ਜੀ ਕਬਜ਼ਾ ਸਰਕਾਰ ਹਾਂ ਜੀ ਤੇ ਮੈਨੂੰ ਪਤਾ ਲੱਗਾ ਤੁਹਾਡੇ ਕੁਝ ਜੀਆ ਨੇ ਮੈਨੂੰ ਦੱਸਿਆ ਕਿ ਕੋਈ ਤੁਹਾਨੂੰ ਫੋਨ ਛੋਣ ਆਂਦੇ ਨੇ ਕੀ ਫੋਨ ਸਾਰੋ ਮੈਨੂੰ ਬੜੇ ਜ਼ਿਆਦਾ ਆਪਣਾ ਥ੍ਰੈਡ ਹੋਏ ਨੇ ਬੜੇ ਟੇਰ ਜ਼ਿਆਦਾ ਜੀ ਤੇ ਇਹ ਜਨਾਬ ਰਾਣਾ ਨੈਮ ਖਾਂ ਹੈ ਜੀ ਪਿੰਡ ਹਲੋ ਕੀ ਦਾ ਜੀ ਠੀਕ ਹੈ ਇਹ ਇੱਕ ਸਰਫਨਾਮੀ ਮਾਲਸ਼ੀਏ ਦੇ ਨਾਲ ਰਲ ਕੇ ਉਹਦੇ ਨਾਲ ਰਲ ਕੇ ਨਾ ਇਹਨਾਂ ਪਲਾਨ ਬਣਾਇਆ ਹੈਗਾ ਕਿ ਆਪਾਂ ਇਹਦੇ ਕੋਲੋਂ ਨਾ ਕੁ ਜ਼ਮੀਨ ਲਖਾਈਏ ਇਹ ਫਿਰ ਇਹਨੇ ਰਾਣੇ ਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ ਇਹਨੇ ਸ਼ੁਰੂ ਕਰ ਕੀਤਾ ਇਹਨੇ ਕਦੀ ਕਵੇ ਮੈਂ ਪੈਸੇ ਲੈ ਲਾਂਗਾ ਠੀਕ ਏ ਤੂੰ ਉਹਨੂੰ ਚੀਜ਼ ਕੋ ਦੇਈ ਭਾਵੇਂ ਨਾ ਦੀ ਚੱਲ ਮੇਰਾ ਤਾਂ ਮੈਂ ਕਿਹਾ ਅਸੀਂ ਇੰਜ ਦੇ ਲੋਕ ਨਹੀਂ ਏਕੇ ਅਸੀਂ ਇੰਜ ਦੇ ਬੰਦੇ ਨਹੀਂ ਏਗੇ ਤੇਰਾ ਮੇਰਾ ਕੋਈ ਇੰਜ ਦਾ ਮਾਮਲਾ ਨਹੀਂ ਏਗਾ ਠੀਕ ਏ ਤੂੰ ਮੈਨੂੰ ਕਿਉਂ ਇਸ ਪਾਸੇ ਜਿਹੜਾ ਹੈ ਨਾ ਲਾਣਾ ਹੈਗਾ ਜਿਹੜੇ ਕੋ ਤੇਰਾ ਮੇਰਾ ਲੈਣ ਦੇਣ ਸੀ ਉਹ ਤਾਂ ਮੈਂ ਕਲੀਅਰ ਕਰ ਦਿੱਤਾ ਔਰ ਤਾਂ ਮੇਰਾ ਤੇਰਾ ਨਾਲ ਕੋਈ ਮਸਲਾ ਨਹੀਂ ਏਗਾ ਖੈਰ ਜੀ ਇਹਨੇ ਉਹਦੇ ਨਾਲ ਰਲ ਕੇ ਇਹਨੇ ਸੋਚਿਆ ਕਿ 크ਰਿਸਚਨ ਨੇ ਮਸੀਹ ਏ ਅੱਗੇ ਮੈਂ ਤਾਂ ਕੋਈ 5-7 ਲੱਖ ਰੁਪਇਆ ਰੈਂਟ ਤੇ ਗੱਡੀ ਲਈ ਸੀ ਜੀ ਉਹ ਇਹਨੇ ਵੱਧ ਲੈ ਲਿਆ ਨੇ ਕਿਹਾ ਚਲੋ ਮੈਂ ਜਿਹੜਾ ਹੈ ਨਾ ਇਹਨੂੰ ਮੈਂ ਹਰਾਸਾ ਕਰਨਾ ਤੇ ਫਿਰ ਮੈਂ ਇਹਦੇ ਕੋਲੋਂ ਆਪਣਾ ਨਿਆ ਉਸ ਬੰਦੇ ਦੇ ਨਾਲ ਸਰਫਰਾਜ਼ ਮਾਲਸ਼ੀਏ ਦੇ ਨਾਮ ਨਾਲ ਰਲ ਕੇ ਨੇ ਜਿਹੜਾ ਹੈ ਨਾ ਜੀ ਇਹ ਕੰਮ ਕੀਤਾ ਇਹਨੇ ਫਿਰ ਮੈਨੂੰ ਕਿਹਾ ਹੈਗਾ ਕਿ ਤੈਨੂੰ ਮੈਂ ਹੁਣ ਫੇਰ ਮਾਰਨਾ ਹੈ ਠੀਕ ਹੈ ਹੱਲੋ ਕੀ ਚਰਚ ਅੱਗੇ ਮਾਰਾਂ ਜਾਂ ਤਲਾਬ ਸਰਾਏ ਅੱਗੇ ਠੀਕ ਹੈ ਇਹ ਹੁਣ ਤੂੰ ਦੱਸ ਉਸ ਤੋਂ ਬਾਅਦ ਜਨਾਬ ਇਹ ਰਾਤੀ ਫਿਰ 12:30 ਵਜੇ ਪਿੰਡ ਆ ਗਏ ਨੇ ਜੀ ਪਿੰਡ ਆਣ ਕੇ ਨੇ ਕਾਲ ਕੀਤੀ ਮੈਂ ਆ ਗਿਆ ਮੈਂ ਕਿਹਾ ਜੀ ਠੀਕ ਹੈ ਜਨਾਬ ਤੁਸੀਂ ਆ ਗਏ ਜੇ ਤੇ ਆ ਜਾਓ ਮਾਰ ਦਿਓ ਫਿਰ ਠੀਕ ਹੈ ਲੇਕਿਨ ਇਹ ਫਿਰ ਘਰ ਨਹੀਂ ਆਏ ਇਹ ਫਿਰ ਬਾਹਰੋਂ ਬਾਹਰ ਜਿਹੜਾ ਹੈ ਨਾ ਜੀ ਮੈਂ ਫਿਰ ਉਹ ਥਾਣੇ ਆਪਣਾ ਜਿੱਥੇ ਮੈਂ ਐਪਲੀਕੇਸ਼ਨ ਦਿੱਤੀ ਹੈ ਜੀ ਉਹ ਆਪਣਾ ਮਕਸੂਦ ਸਾਹਿਬ ਨੇ ਏਐਸਆਈ ਸਾਹਿਬ ਉਹਨਾਂ ਨੇ ਮੈਂ ਦੋ ਕਾਲਾਂ ਕੀਤੀਆਂ ਉਹਨਾਂ ਮੈਨੂੰ ਕਿਹਾ ਹੈਗਾ ਕਿ ਜੀ ਤੁਸੀਂ ਜਦੋਂ ਆਦੇ ਜਾਣੇ ਟਰੰਦੇ ਜਾਣ ਤੁਸੀਂ ਉਸੇ ਟਾਈਮ ਕਾਲ ਕਰੋ ਉਹਨਾਂ ਨੇ ਮੈਂ ਕਾਲ ਕੀਤੀ ਉਹਨਾਂ ਸੁਣੀ ਹੀ ਨਹੀਂ ਜੀਗੀ ਮੈਂ ਕਿ ਆ ਵੀ ਇੱਥੇ ਤਾਂ ਕੋਈ ਤਫਵਜ਼ ਹੀ ਨਹੀਂ ਹੈਗਾ ਕੋਈ ਗੱਲ ਹੀ ਨਹੀਂ ਹੈਗੀ ਅਸੀਂ ਫਿਰ ਸਾਰੇ ਬੱਚੇ ਜਿੰਨੇ ਸੀ ਸਾਰੇ ਤਾਲੇ ਸ਼ਾਲੇ ਮਾਰ ਕੇ ਤੇ ਫਿਰ ਅੰਦਰ ਹੋ ਕੇ ਜਿਹੜਾ ਹੈ ਨਾ ਜੀ ਬੈਠ ਗਏ ਆ ਵੀ ਚਲੋ ਅੱਛਾ ਜੀ ਦੋ ਫਿਰ ਆ ਜਾਣਗੇ ਫਿਰ ਉਹਦਾ ਜੋ ਖੁਦਾ ਦੀ ਮਰਜ਼ੀ ਹੋਈ ਫਿਰ ਹੋ ਜਾਏਗਾ ਜੀ ਠੀਕ ਹੈ ਹੁਣ ਤੁਸੀਂ ਇਹ ਇੰਨੇ ਸਾਰੇ ਤੁਹਾਡੇ ਨਾਲ ਤੁਹਾਡੇ ਜੀ ਵੀ ਇਕੱਠੇ ਨੇ ਤੁਹਾਡੇ ਸਾਰੇ ਭੈਂਟਰਾ ਵੀ ਇਕੱਠੇ ਨੇ ਇਹ ਇਹਨਾਂ ਜੋ ਅਸੀਂ ਕਿਸੇ ਇੱਕ ਨਾਲ ਗੱਲ ਕਰਾਂਗੇ ਬਾਬਾ ਜੀ। ਵਾਲੇ ਸਤਿ ਸ੍ਰੀ ਅਕਾਲ। ਤੁਸੀਂ ਪ੍ਰਵੇਸ਼ ਸਾਹਿਬ ਦੇ ਅੱਬਾ ਜੀ ਦੇ। ਹਾਂ ਜੀ। ਇਹ ਕੀ ਨਾਂ ਹੈ ਤੁਹਾਡਾ? ਮਨਸ਼ਾ। ਮਨਸ਼ਮਸੀ। ਜੀ। ਇਹ ਮਨਸ਼ਾ ਸਾਹਿਬ ਇਹ ਜਿਹੜੀ ਤੁਹਾਡਾ ਮੁੰਡਾ ਗੱਲ ਕਰਦਾ ਪਿਆ ਜਗਾ ਲਈ। ਹਾਂ ਜੀ ਹਾਂ ਜੀ। ਇਹ ਤੁਹਾਡੀ ਹੈ। ਹਾਂ ਬਿਲਕੁਲ। ਪੱਕੀ ਗੱਲ ਹੈ। ਪੱਕੀ। ਇਹ ਕਦੋਂ ਤੋਂ ਤੁਹਾਡੇ ਕੋਲ ਹੈ? ਬੜੇ ਕਾਫੀ ਵਕਤ ਦੀ ਕੋ ਥੋੜੇ ਦਾ ਕਦੇ ਨਹੀਂ। ਜਦੋਂ ਪਾਕਿਸਤਾਨ ਬਣਿਆ ਉਹ ਤੋਂ ਹੀ ਕੱਢੇ ਹੋ ਉਹ ਉਸ ਤੇ ਉਹ ਮੈਂ ਹੈਗਾ ਸਰ ਕੋ ਪੰਜ ਕੁ ਸਾਲ ਤੋਂ ਤੋਂ ਜਗਾ ਤੁਹਾਡੇ ਕੋਲ ਸੀ ਉਹ ਜਿਸ ਤਰ੍ਹਾਂ ਸਾਡੇ ਕੋਲ ਵੱਡਿਆਂ ਕੋਲ ਦੋ ਤਿੰਨ ਵਾਰ ਆਈ ਹੈ ਅੱਛਾ ਤੇ ਬਾਕੀ ਇਹ ਫਿਰ ਗਵਰਨਮੈਂਟ ਨਾਲ ਦੇ ਕਬਜ਼ੇ ਤੇ ਜਦੋਂ ਇਹਨਾਂ ਦਾ ਕੋਈ ਹਿਸਾਬ ਲੱਗਦਾ ਸੀ ਆਪਣੇ ਕਬੂ ਕਰ ਇਹ ਉਸ ਤੇ ਬਾਅਦ ਸਰਕਾਰ ਨੇ ਤਾਂ ਮਤਲਬ ਨਜਾਇਜ਼ ਕਬਜ਼ਾ ਕੀਤਾ ਹਾਂ ਤੇ ਮੂਨ ਸਾਨੂੰ ਲੱਗਦੇ ਨਹੀਂ ਲੱਗ ਨਹੀਂ ਹੁੰਦੇ ਤੁਸੀਂ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਅਸੀਂ ਲੋਕ ਨੇ ਇੱਥੇ ਆਉਣੇ ਕਿ ਸਾਡਾ ਇਨਸਾਫ ਸੰਦਵਾਇਆ ਹਾਂਜੀ ਸਾਰੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸਾਡਾ ਇਨਸਾਫ ਮਿਲੇ ਤੇ ਸਾਡੇ ਨਾਲ ਮਜ਼ੀਦ ਜਾਂਚੀ ਨਾ ਹੋਵੇ ਸਾਡੀ ਹਫਾਜ਼ਤ ਕੀਤੀ ਜਾਵੇ ਔਰ ਸਾਡੇ ਬੱਚਿਆਂ ਦੀ ਸਾਡੇ ਮਾਲ ਜਾਣ ਦੀ ਹਫਾਜ਼ਤ ਕੀਤੀ ਜਾਵੇ ਇਹ ਜਿਹੜੀ ਪੁਲਿਸ ਨੂੰ ਤੁਸੀਂ ਐਪਲੀਕੇਸ਼ਨ ਦਿੱਤੀ ਉਹਦਾ ਕੀ ਬਣਿਆ ਹੁੰਦਾ ਜੀ ਕੁਝ ਵੀ ਨਹੀਂ ਬਣਿਆ ਕੀ ਕਰਦੇ ਉਹ ਆਈ ਨਹੀਂ ਕਿ ਫੋਨ ਕੀਤਾ ਭਾਈ ਸਾਹਿਬ ਨੇ ਨਹੀਂ ਆਏ ਅਸ ਵਕਤ ਅਸੀਂ ਤਲਾਸ ਰਾਇ ਚਰਚ ਜਿਹੜਾ ਐ ਇੱਥੇ ਮੰਗ ਮੰਡੀ ਦੇ ਕੋਲੇ ਉੱਥੇ ਬਤਨੀਆਂ ਚਰਚ ਹੈ ਔਰ ਉਹਦੇ ਜਿਹੜੇ ਪਾਸਟਰ ਨੇ ਪਾਸਟਰ ਨਾਈਟ ਮਸੀਹ ਸਾਹਿਬ ਬਹੁਤ ਸਾਡੇ ਨਾਲ ਨੇ ਅਸ ਵਕਤ ਪਿੰਡ ਦੇ ਸਾਰੇ ਲੋਕ ਜਿਹੜੇ ਨੇ ਇਹ ਸਾਰੇ ਇੱਕ ਇਕੱਠੇ ਚਰਚ ਦੇ ਵਿੱਚ ਮੌਜੂਦ ਨੇ ਔਰ ਨਾਲ ਬੱਚੇ ਵੀ ਇਹਨਾਂ ਦੇ ਔਰ ਸਾਰਾ ਇਹ ਖਾਨਦਾਨ ਵੀ ਮੌਜੂਦ ਹੈ ਲੇਕਿਨ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਵੀ ਮਸੀਹੀ ਲੋਕ ਨੇ ਉਹ ਆਪਣੇ ਚਰਚ ਤੋਂ ਇਲਾਵਾ ਮਤਲਬ ਕਿਸੇ ਵੀ ਜਗ੍ਹਾ ਨੂੰ ਇਨਾ ਸੱਚਾ ਇਨਾ ਖਰਾ ਔਰ ਇਨਾ ਇਮਾਨ ਦੇ ਹਵਾਲੇ ਨਾਲ ਨਹੀਂ ਸਮਝਦੇ ਪਾਕੀਜ਼ਾ ਕਿਉਂਕਿ ਇੱਥੇ ਆ ਕੇ ਹਰ ਇੱਕ ਜਿਹੜਾ ਗੁਟਨਾ ਹੈ ਉਹ ਝੁਕ ਜਾਂਦਾ ਹੈ ਔਰ ਹਰ ਇੱਕ ਜ਼ੁਬਾਨ ਜਿਹੜੀ ਸੱਚ ਬੋਲਦੀ ਹੈ ਸੋਸੀ ਇਥੋਂ ਦੇ پاسبان جناب ਬਨਾਕਸੀ ਸਾਹਿਬ ਅੱਗੇ ਗੁਜ਼ਾਰਿਸ਼ ਕਰਾਂਗੇ ਕਿ ਜਰਾ ਇਹ ਤੁਹਾਡਾ ਅਸੀਂ ਬਰਨ ਦੇਖ ਰਹੇ ਹਾਂ ਉਹ ਨਹੀਂ ਦੇਖ ਰਹੇ ਕਿ ਤੁਹਾਡੇ ਚਰਚ ਵਾਲੇ ਬੰਦੇ ਟਾਈਲਿੰਗ ਵਗੈਰਾ ਹੋ ਰਹੀ ਹੈ ਤੇ ਇਹ ਕਿੰਨੀ ਕੁ ਦਿਨ ਪਹਿਲੇ ਬਣਾਉਣਾ ਸ਼ੁਰੂ ਕੀਤਾ ਇਹ ਸਾਰੇ ਅਸੀਂ ਜਿਹੜਾ ਨਾ ਤਕਰੀਬਨ ਸਾਨੂੰ ਇੱਕ ਮਹੀਨਾ ਜਿਹੜਾ ਨਾ ਇਹ ਕੰਮ ਕਰਦਿਆਂ ਹੋ ਗਿਆ ਬਾਹਰਲਾ ਲੇਕਿਨ ਇਸ ਤੋਂ ਪਹਿਲੇ ਇਹ ਜਿਹੜਾ ਤਕਰੀਬਨ 15 20 ਸਾਲ ਤੋਂ ਲੈ ਕੇ ਅਸੀਂ ਜਿਹੜਾ ਇਹਦਾ ਕੇਸ ਚੱਲਦਾ ਰਿਹਾ ਫਿਰ ਅਸੀਂ ਇਹਨੂੰ ਜਿਹੜਾ ਹੱਲ ਕਰਦੇ ਰਹੇ ਔਰ ਸਾਰੇ ਬਰਾਦਰੀ ਨੇ ਮਿਲ ਕੇ ਇਸ ਚਰਚ ਨੂੰ ਬਣਾਇਆ ਔਰ ਅਸੀਂ ਬਰਾਦਰੀ ਦੇ ਨਾਲ ਮਿਲ ਕੇ ਇਹ ਚਰਚ ਨੂੰ ਬਣਾ ਦੇ ਰਿਹਾ ਔਰ ਇਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਲੇਕਿਨ ਉਹਨਾਂ ਨੂੰ ਅਸੀਂ ਆਪਣੇ ਉੱਤੇ ਹੈਵੀ ਨਹੀਂ ਹੋਣ ਦਿੱਤਾ ਮੁਸ਼ਕਲਾਂ ਕੀ ਸਰ ਮੁਸ਼ਕਲਾਂ ਐਸੀ ਕਿ ਬਣਨ ਨਹੀਂ ਸੀ ਦਿੰਦੇ ਕੌਣ ਬਣਨ ਨਹੀਂ ਸੀ ਦਿੰਦੇ ਦੂਸਰੇ ਲੋਕ ਦੂਸਰੀ ਪਾਰਟੀ ਦੇ ਲੋਕ ਜਿਹੜੇ ਸਨ ਤੋ ਉਹ ਵੀ 크੍ਰਿਸਚੀਅਨ ਨਹੀਂ ਸਨ ਕੁਝ 크੍ਰਿਸਚੀਅਨ ਸਨ ਕੁਝ ਦੂਸਰੇ ਲੋਕ ਸਨ ਤੋ ਇਸ ਵਾਸਤੇ ਅਸੀਂ ਜਿਹੜਾ ਨਾ ਇਹਨੂੰ ਬਣਾਇਆ ਔਰ ਆਪਣੀ ਮਦਦ ਆਪਣੇ ਤਹਿਤ ਬਣਾਇਆ ਅੱਛਾ ਹੁਣ ਇਸ ਵਕਤ ਹੈ ਜਿਹੜੀ ਤੁਹਾਡੀ ਕਲੀਸਿਆ ਹੈ ਤੁਹਾਡੇ ਨਾਲ ਹੈ ਇਹ ਜਿਹੜਾ ਪ੍ਰਵੇਸ਼ ਮਸੀਹ ਇਹ ਜਿਹੜੇ ਦਾਵਾ ਕਰਦੇ ਪਏ ਨੇ ਕਿ ਏਰ ਕੋਟਰਾ ਦਾ ਕਿਸ਼ਨ ਦੇ ਕੋਲੇ ਨੇ ਦੀ ਕੋਈ ਜ਼ਮੀਨ ਹੈ ਕੋਈ ਕਿੰਨੀ ਕਿੰਨੇ ਮਰਬੇ 10 ਮਰਬੇ 8 ਮਰਬੇ ਸ਼ਾਇਦ 7 ਮਰਬੇ 7 ਮਰਬੇ ਆ ਤੋ ਇਸ ਵਾਸਤੇ 3 ਵਜੇ ਤੋਂ तकरीबन 3:30 ਵਜੇ 21 ਦਿਨ 3 ਵਜੇ ਕਿ ਹਫਤੇ ਦੇ ਰੋਜ਼ ਫੋਨ ਆਇਆ ਕਿ ਤੈਨੂੰ ਗੋਲੀ ਜਿਹੜੀ ਹੈ ਉਹ ਅਸੀਂ ਹੱਲੋ ਕੇ ਚਰਚੇ 'ਚ ਮਾਰੀਏ ਜਾਂ ਤਲਾਬ ਸਰਾਈ ਦੇ ਚਰਚੇ 'ਚ ਮਾਰੀਏ ਔਰ ਮੈਂ ਇਸ ਵਜ੍ਹਾ ਤੋਂ ਫਿਰ ਆਖਿਆ ਕਿ ਮੈਂ ਹੁਣ ਐਕਸ਼ਨ ਲੈਣਾ ਚਾਹੀਦਾ ਔਰ ਅਸੀਂ ਥਾਣੇ ਗਏ ਔਰ ਥਾਣੇ ਜਾ ਕੇ ਐਪਲੀਕੇਸ਼ਨ ਦਿੱਤੀ ਔਰ ਉਸ ਦੇ باوجود ਜਿਹੜਾ ਰਾਤ तकरीबन 1 ਵਜੇ ਦੇ ਕਰੀਬ ਜਾਂ ਇਸ ਤੋਂ ਪਹਿਲੇ ਤੇ ਫਿਰ ਇਥੇ ਫੋਨ ਆਂਦੇ ਰਹਾ ਔਰ ਇਹਨੂੰ ਧਮਕੀਆਂ ਦਿੰਦੇ ਰਹਿ ਤੋ ਇਸ ਵਾਸਤੇ ਅਸੀਂ ਜਿਹੜਾ ਸਾਰੇ ਭਰਾ ਮਿਲ ਕੇ ਸਾਰਾ ਖਾਨਦਾਨ ਇਹ ਇਲਤਜਾ ਕਰਨਿਆ ਕਿ ਸਾਨੂੰ ਜਿਹੜਾ ਇਹ ਧਮਕੀਆਂ ਮਿਲ ਰਹੀਆਂ ਨੇ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਔਰ ਇਹ ਦੱਸਿਆ ਗਿਆ ਕਿ 300 ਰੁਪਏ ਦੀ ਗੋਲੀ ਲੱਗਦੀ ਅੱਛਾ ਔਰ ਇਸ ਵਾਸਤੇ ਸਾਨੂੰ ਤਫਜ਼ ਚਾਹੀਦਾ ਹੈ ਔਰ ਅਸੀਂ ਸਾਰੇ মিডিਆ ਕੇ ਵੀ ਗੁਜ਼ਾਰਸ਼ ਹੈ ਔਰ ਸਾਰੀ ਹਕੂਮਤਾ ਕੇ ਵੀ ਗੁਜ਼ਾਰਸ਼ ਹੈ اور اس طرح سਾਨੂੰ ਅਸੀਂ ਜਦੋਂ ਥਾਣੇ ਵੀ ਗਏ ਆਂ ਔਰ ਉਸ ਦੇ باوجود ਵੀ ਅਸੀਂ ਐਪਲੀਕੇਸ਼ਨ ਦਿੱਤੀ ਔਰ ਅੱਗੇ ਸਾਨੂੰ ਜਿਹੜਾ ਫਿਰ ਵੀ ਧਮਕੀਆਂ ਮਜ਼ੀਦ ਮਿਲ ਰਹੀਆਂ ਨੇ ਹੁਣ ਇੱਕ ਸਵਾਲ ਹੈ ਤੁਸੀਂ ਖੁਦਾ ਦੇ ਘਰ 'ਚ ਖੜੇ ਹੋ ਤੁਸੀਂ ਇੱਥੋਂ ਦੇ ਪਾਸबान ਵੀ ਹੋ ਪਾਸਟਰ ਵੀ ਹੋ ਇਹ ਜਿਹੜੀ 7 ਮਰਬੇ ਜ਼ਮੀਨ ਹੈ ਜਾਂ 7 ਮਰਬੇ ਥੋੜੀ ਜ਼ਿਆਦਾ ਜ਼ਮੀਨ ਹੈ ਇਹ ਵਾਕਈ ਇਸ ਖਾਨਦਾਨ ਦੀ ਹੈ ਵੀ ਕਿ ਨਹੀਂ ਜੇ ਇਸ ਖਾਨਦਾਨ ਦੀ ਹੈ ਔਰ ਇਹਨਾਂ ਨੇ ਬੜੀ ਜਦੋਜਹਦ ਦੇ ਨਾਲ ਇਹਨੂੰ ਜਿਹੜਾ ਨਾ ਹਾਸਲ ਕੀਤਾ ਹੈ तकरीबन 30 ਸਾਲ ਦੇ ਕਰੀਬ ਇਹਨਾਂ ਨੂੰ ਕੇਸ ਲੜਦਿਆਂ ਇਹ ਹਾਸਲ ਹੋਇਆ ਬੋਲੋ ਖੁਦਾਵੰਯੇਸੂ ਮਸੀਹ ਕੇ ਨਾਮ ਕੀ ਜੈ ਜੋ ਜ਼ਿੰਦਾ ਅਸਮਾਨ ਪਰ ਜੈ ਜੋ ਫਿਰ ਸੇ ਆਉਣੇ ਵਾਲਾ ਜੈ ਬੋਲੋ ਖੁਦਾਵੰਯੇਸੂ ਮਸੀਹ ਕੇ ਨਾਮ ਕੀ ਜੈ ਨਾਜ਼ਰੀਨ ਅਸੀਂ ਪ੍ਰਵੇਜ਼ ਮਸੀਹ ਦੇ ਘਰ ਗਏ ਪਰ ਵੇਸ ਮਸੀਹ ਦੇ ਘਰ ਤੋਂ ਬਾਅਦ ਅਸੀਂ ਉਹਨਾਂ ਦੇ ਗਿਰਜੇ ਗਏ ਪਾਦਰੀ ਸਾਹਿਬ ਸਾਡੇ ਨਾਲ ਨੇ ਉਹਦੇ ਬਾਅਦ ਅਸੀਂ ਇਹਨਾਂ ਦੇ ਨਾਲ ਹੀ ਥਾਣੇ ਆਏ ਆ ਅਸੀਂ ਇੱਥੋਂ ਦੇ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਨੇ ਮਕਸੂਦ ਸਾਹਿਬ ਉਹਨਾਂ ਨਾਲ ਮੁਲਾਕਾਤ ਕੀਤੀ ਅਸੀਂ ਥਾਣੇ ਦੇ ਐਸ ਐਚ ਓ ਸਾਹਿਬ ਨਾਲ ਮੁਲਾਕਾਤ ਕੀਤੀ ਔਰ ਧਮਕੀਆਂ ਦੀ ਰਿਕਾਰਡਿੰਗ ਜਿਹੜੀ ਹੈ ਜਿਹੜੀ ਕਿ ਹਲੋ ਕੀ ਤੇ ਉਸ ਬਦਮਾਸ਼ ਨੇ ਜਿਹੜੀ ਹੈ ਇਸ ਗਰੀਬ ਆਦਮੀ ਨੂੰ ਦਿੱਤੀਆਂ ਨੇ ਅਸੀਂ ਉਹਨਾਂ ਦੀ ਰਿਕਾਰਡਿੰਗ ਉਹਨਾਂ ਨੂੰ ਸੁਣਾਈ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜਲਦ ਹੈ ਕਿ ਅਸੀਂ ਇਹਦਾ ਜਿਹੜਾ ਪਰਚਾ ਹੈ ਉਹ ਦੇ ਰਹੇ ਆ ਅਗਰ ਉਹ ਪਰਚਾ ਦਿੰਦੇ ਨੇ ਔਰਤ ਜਿਹੜੀ ਕਰਾਰਵਾਕੀ ਜਿਹੜੀ ਉਹਨਾਂ ਦੀ ਕਾਰਵਾਈ ਹੈ ਉਹ ਕਰਦੇ ਨੇ ਤੇ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਪੁਲਿਸ ਜਿਹੜੀ ਹੈ ਉਹ ਆਪਣਾ ਜਿਹੜਾ ਪ੍ਰੋਪਰ ਕਿਰਦਾਰ ਹੈ ਉਹ ਅਦਾ ਕਰੇਗੀ ਔਰ ਤੁਸੀਂ ਸਾਰੀਆਂ مصیبتਾਂ ਨੂੰ ਵੇਖ ਰਹੇ ਹੋ ਸਾਰੀਆਂ ਮੁਸ਼ਕਿਲਾਂ ਨੂੰ ਵੇਖ ਰਹੇ ਹੋ ਆਮ ਤੌਰ ਤੇ ਅਸੀਂ ਕਿਸੇ ਵੀ ਗੱਲ ਨੂੰ اقلیت اور اکثریت ਦਾ ਮਸਲਾ ਨਹੀਂ ਬਣਾਉਂਦੇ ਆ ਪਰ ਬਤੌਰ ا مزبیح اقلیت دے پاکستانی اقلیت دے یہ ضروری ہے ਕਿ ਇਥੋਂ ਦੀਆਂ ਕਲੀਅਰਤਾ ਜਿਹੜੀਆਂ ਨੇ ਉਹ ਜਾਨ ਦੇ ਖੋਫਤੋਂ ਉਹ ਮਾਲ ਦੇ ਖੋਫਤੋਂ ਔਰ ਹਰ ਤਰ੍ਹਾਂ ਦੇ ਖੋਫਤੋਂ ਆਜ਼ਾਦ ਹੋ ਕੇ ਤੇ ਆਪਣੀ ਜ਼ਿੰਦਗੀ ਗੁਜ਼ਾਰਨ ਸਾਨੂੰ ਹਕੂਮਤ ਤੇ حکੁੰਤੀ ਧਾਰਿਆਂ ਤੇ ਪੁਲਿਸ ਤੇ ਔਰ ਪੁਲਿਸ ਦੇ ਸਾਰੇ ਸਿਸਟਮ ਤੇ ਉਦੋਂ ਤੱਕ ਇਤਮਾਦ ਹੈ ਜਦੋਂ ਤੱਕ ਸਾਨੂੰ ਇਹ ਇਹ ਨਹੀਂ ਲੱਗਦਾ ਕਿ ਸਾਡੇ ਨਾਲ ਕਿਸੇ ਤਰ੍ਹਾਂ ਦੀ ਜ਼ਿਆਤੀ ਕਰਦੇ ਪਏ ਨੇ ਸਾਨੂੰ ਉਮੀਦ ਹੈ ਵੀ ਜਿਹੜਾ ਪ੍ਰਵੇਸ਼ਣਸੀ ਹੈ ਉਹਨੂੰ ਧਮਕੀਆਂ ਦੇਣੀਆਂ ਬੰਦ ਕੀਤੀਆਂ ਜਾਣਗੀਆਂ ਔਰ ਉਹ ਜਿਹੜੀ ਜਾਇਦਾਦ ਜਿਹਦੇ ਵਾਸਤੇ ਫਾਈਟ ਕਰ ਰਿਹਾ ਉਹ ਵੀ ਉਹਨੂੰ ਮਿਲੇਗੀ ਔਰ ਨਾਲ ਹੀ ਨਾਲ ਜਿਹੜੀਆਂ ਬਾਕੀ ਇਕਲੀਤਾ ਦੇ ਲੋਕ ਨੇ ਉਹਨਾਂ ਨੂੰ ਤਸੱਲੀ ਹੋਏਗੀ ਅੱਜ ਦੀ ਗੱਲ ਨੂੰ ਇੱਥੇ ਹੀ ਮੁਕਾਨੇ ਆ ਰੱਬ ਰੱਖਾ